कुछ गल्लां असीं देखांगे कि इह जिहड़ा अली शाह सी अली शाह इन्हें अपने जीवन दे विच जिन्नी भी परमेश्वर दे आत्मा दी रहमत दी जिहड़ी रहमत आ उहदी कुवत नूं किवें हासिल कीता अपने दुनियावी कम्मां दा त्याग करके दुनियावी सोच दा त्याग करके दुनियावी चाल चलण दा त्याग करके जेदा त्याग नहीं ओदी आत्मिकता दे विच तरक्की नहीं ओदी आत्मिकता दे जीवन दे विच बढ़ोतरी नहीं हो सकती। वड्डे सुपने जिहड़े तुसीं लैंदे हो ना कदी कदी आई एम पास्टर ते आई एम चीफ पास्टर बनदे नहीं। ਵਧੀਆ ਸਾਡੀ ਸੇਵਾ ਹੋਵੇ ਵਧੀਆ ਸਾਡੇ ਵਸੀਲੇ ਕੰਮ ਹੋਣ ਵਧੀਆ ਸਾਡੇ ਘਰ ਦੇ ਵਿੱਚ ਸਾਡੇ ਜੀਵਨ ਵਿੱਚ ਹੋਵੇ ਬੋਲੋ ਵੱਡੇ ਵੱਡੇ ਸੁਪਨੇ ਪੂਰੇ ਕਰਨ ਦੇ ਲਈ ਜੀ ਬੋਲੋ ਵੱਡੇ ਵੱਡੇ ਸੁਪਨੇ ਪੂਰੇ ਕਰਨ ਦੇ ਲਈ ਨੀਂਦ ਗਹਿਣੇ ਰੱਖਣੀ ਪੈਂਦੀ ਹੈ ਨੀਂਦ ਇਹ ਨਹੀਂ एक ईमानदार खुदा दा बंदा जे दो चार काम ओहदे वसीले रब ने कर ही दित्ते 10-15 नूं ऐतां सुणाउणियां आ गईआं मेरे अगू दो चार भजन गाउणे आ गए ते जो दिन कीता खा के ते रब सुते रहे नहीं 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 वड्डे सुपने पूरे कर ली नींद गहने रखनी पैंदी है। अज गहने रखांगे आउन वाला कल साढ़े के बड़े सुपनों का होगा। जे तुसी एक सच्चे आत्मिक सच्चे स्पिरिचुअल परमेश्वर दीयां बेटियां जी परमेश्वर के बेटे हो आत्मिकता दे विच अपने जीवन की बेहतरी ते तरक्की नूं होर भी हासिल करन दे लई ਜਿਹੜੀਆਂ ਆਰ ਦੀਆਂ ਗੱਲਾਂ ਨੇ ਬੋਲੋ ਆਰ ਵਾਲਿਆਂ ਨੂੰ ਨੀਂਦ ਜ਼ਿਆਦਾ ਪਸੰਦ ਹੁੰਦੀ ਹੈ ਮੁੜ ਕੇ ਹੋਲੀ ਗਈ ਅੱਜ ਵੀਕਨੈਸ ਲੱਗਣ ਗਈ ਅੱਜ ਲੱਗਦਾ ਥੋੜਾ ਪੀਪੀ ਠਾ ਹੋ ਗਿਆ ਅੱਜ ਥੋੜਾ ਤਾਂਗ ਹੋ ਗਿਆ ਇਹੀ ਤੇ ਸਾਡਾ ਜੋਗ ਇਹੀ ਕੀ ਹੈ ਸਾਡਾ ਇਹੀ ਕੀ ਹੈ ਸਾਡਾ ਬੋਲੋ अली शाह ने अपनी खुद गर्जी का त्याग किया बड़ा कुछ इन्हें जिंदगी दे विच हासिल कर लिया सी पर इहदे विच इक सोच सी कि मैं आत्मा का डबल हिस्सा हासिल करना आत्मा का अपने गुरु नाल डबल जिहड़े कई तरह दे नाल भीड़ विच बेदिल करने वाले आर विच कई तरह दे लोग सी जिहड़े बड़े तरह दीआं गल्लां करन वाले सी। गौर करना एक गल याद रखनी यसु मसीह ने कहा आओ असी पार चलिए हुण तुसी एक अंदाजा निकल जा लगाओ जदों वह बेड़ी ते चढ़े लिखिया होर बेड़िया भी ओहदे नाल सन होर बेड़िया भी ओहदे नाल सन पर उह सारिआं नूं छड के उसे बेड़ी विच बैठे जिस बेड़ी के विच उन्हां दा प्रभु यानी प्रभु की मौजूदगी ते चेलियां की मौजूदगी एक बेड़ी के विच फिर जदों
ਜਿਹੜੀ ਕਾਫੀ ਦੂਰ ਗਈ ਹੋਵੇਗੀ। ਤੇ ਤੂਫਾਨ ਆਇਆ, ਕੀ ਆਇਆ? ਤੂਫਾਨ ਆਇਆ ਤੂਫਾਨ ਆ ਗਿਆ। ਜਦੋਂ ਤੂਫਾਨ ਆ ਗਿਆ ਤੇ ਜਿਹੜੀ ਭੀੜ ਜਿਹਨੂੰ ਛੱਡ ਕੇ ਗਏ ਸੀ ਉਹ ਗੱਲਾਂ ਬਾਤਾਂ ਤੇ ਕਰਦੇ ਹੀ ਹੋਣਗੇ, ਲੈ ਗਿਆ ਜੀ ਉਹ ਸਾਡਿਆਂ ਨੂੰ ਵੀ ਨਾਲ ਡੁੱਬਣ, ਲੈ ਗਿਆ ਸਾਡਿਆਂ ਨੂੰ ਵੀ ਨਾਲ ਡੁੱਬਣ, ਆਪ ਤੇ ਇਹਨੇ ਮਰਨਾ ਹੀ ਮਰਨਾ ਹੈ, ਨਾਲ ਹੁਣ ਸਾਡਿਆਂ ਨੂੰ ਵੀ ਮਾਰ ਕੇ ਲੈ ਗਿਆ। ਉਹ ਜਿਹੜੇ ਆਰ ਵਿੱਚ ਸੀ ਉਹ ਕਈ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਹੋਣਗੇ ਤੇ ਕਈ ਤਰ੍ਹਾਂ ਦੀਆਂ ਯਿਸੂ ਸੀ ਤੇ ਤੂੰ ਤਾਂ ਵੀ ਲਾਉਂਦੇ ਹੋ। ਅੱਜ ਇੱਕ ਵਾਰ ਯਾਦ ਰੱਖਣੀ, ਬੋਲੋ ਪਾਰ ਦੀ ਬਰਕਤ ਹਾਸਲ ਕਰਨ ਦੇ ਲਈ, ਮੁਕਾਬਲਿਆਂ ਦੇ ਵਿੱਚੋਂ ਦੀ ਲੰਘਣਾ ਬੜਾ ਜ਼ਰੂਰੀ ਆ। ਜਿਸ ਇਮਾਨਦਾਰ ਦਾ ਮੁਕਾਬਲਾ ਨਹੀਂ ਬੋਲੋ, ਯਿਸੂ ਦੇ ਹੋਣ ਦਾ ਇਹੀ ਸਬੂਤ ਸੀ, ਚੇਲਿਆਂ ਦੇ ਨਾਲ ਯਿਸੂ ਦੇ ਹੋਣ ਦਾ ਇਹੀ ਸਬੂਤ ਸੀ ਸਭ ਤੋਂ ਵੱਡਾ ਕਿ ਉਹਨਾਂ ਨੂੰ ਤੂਫਾਨ ਜਿਹੜਾ ਸੀ, ਹਨੇਰੀਆਂ ਜਿਹੜੀਆਂ ਸੀ, ਜਿਹੜੇ ਬੜੀਆਂ ਇਹ ਲਹਿਰਾਂ ਜਿਹੜੀਆਂ ਸੀ ਉਹ ਉੱਥੇ ਆਈਆਂ। ਸਾਡੀ ਜ਼ਿੰਦਗੀ ਵਿੱਚ ਵੀ ਜਦੋਂ ਵੱਡੀਆਂ ਉਲਝਣਾਂ ਕਦੀ ਕਦੀ ਆ ਜਾਂਦੀਆਂ ਨੇ ਤੇ ਘਬਰਾਉਣਾ ਨਹੀਂ ਚਾਹੀਦਾ, ਘਬਰਾਉਣਾ ਇਹ ਵੀ ਯਿਸੂ ਦੇ ਹੋਣ ਦੀ ਮਜ਼ਬੂਰੀ ਦਾ ਚਿੰਨ, ਯਿਸੂ ਦੇ ਨਾਲ ਹੋਣ ਦਾ ਕੀ ਚਿੰਨ, ਘਬਰਾਉਣਾ ਨਹੀਂ, ਬੇਦਿਲ ਨਹੀਂ। ਇਸ ਕਰਕੇ ਬੜਾ ਵਕਤ ਪਹਿਲਾਂ ਦੀ ਗੱਲ, ਡਬਲ ਬਣਨ ਦੇ ਲਈ, ਪਾਰ ਦੀ ਬਰਕਤ ਹਾਸਲ ਕਰਨ ਦੇ ਲਈ ਸਾਨੂੰ ਆਪਣੇ ਜੀਵਨ ਨੂੰ ਤਿਆਗਣਾ ਪੈਣਾ, ਜੀਵਨ ਦੇ ਵਿੱਚ ਚੱਲ ਰਹੀਆਂ ਖੁਦ ਗਰਜ਼ੀਆਂ ਨੂੰ ਤਿਆਗਣਾ ਪੈਣਾ, ਹਰ ਮਨ ਮਰਜ਼ੀ ਨੂੰ ਤਿਆਗਣਾ ਪੈਣਾ, ਫਿਰ ਕੀ ਹੋਵੇਗਾ? ਬੋਲੋ, ਹੋਵੇਗਾ ਵੀ ਉਹਨਾਂ ਨਾਲ ਹੀ ਜਿਹੜੇ ਮੁਕਾਬਲਿਆਂ ਦਾ ਸਾਹਮਣਾ ਕਰਦੇ ਆ ਯਿਸੂ ਮਸੀਹ ਦੇ ਵਿੱਚ। ਬੋਲੋ, ਪੁਰਾਣੀ ਜ਼ਿੰਦਗੀ ਦੇ ਵਿੱਚ ਚਾਂਸ ਘੱਟ ਹੁੰਦੇ ਨੇ, ਬੋਲੋ ਪੁਰਾਣੀ ਜ਼ਿੰਦਗੀ ਵਿੱਚ ਮੁਕਾਬਲਿਆਂ ਦੇ ਚਾਂਸ ਘੱਟ ਹੁੰਦੇ ਨੇ, ਜਦੋਂ ਮਸੀਹ ਨੂੰ ਜਾਣ ਲੈਂਦੇ ਹਾਂ ਤੇ ਇੱਕ ਸੱਚਾ ਮਸੀਹ ਜੀਵਨ ਜਦੋਂ ਅਸੀਂ ਹਾਸਲ ਕਰਦੇ ਹਾਂ ਉਦੋਂ ਮੁਕਾਬਲਾ ਸਾਡੇ ਜ਼ਿਆਦਾ। ਫਿਰ ਬੋਲੋ, ਪੁਰਾਣੀ ਜ਼ਿੰਦਗੀ ਵਿੱਚ ਪਾਪ ਦੇ ਚਾਂਸ ਵੀ ਘੱਟ ਹੁੰਦੇ ਨੇ, ਜਦੋਂ ਨਵੀਂ ਜ਼ਿੰਦਗੀ ਆਤਮਿਕਤਾ ਦਾ ਜੀਵਨ ਹਾਸਲ ਕਰੀਏ ਉਦੋਂ ਪਾਪ ਦੇ ਚਾਂਸ ਵੀ ਜ਼ਿਆਦਾ ਹੁੰਦੇ। ਜੇ ਤੇ ਸਾਡਾ ਜੀਵਨ ਇੱਕ ਤਿਆਗ ਹੋਵੇਗਾ, ਕੀ ਹੋਵੇਗਾ? ਤਿਆਗ, ਤੇ ਅਸੀਂ ਫਿਰ ਇਸ ਦੁਨੀਆਂ ਦੀਆਂ ਸੋਚਾਂ ਵਰਗੇ ਨਹੀਂ, ਇਹ ਦੁਨੀਆਂ ਦੇ ਖਿਆਲਾਤਾਂ ਵਰਗੇ ਨਹੀਂ, ਪਾਰ ਮਤਲਬ ਅਸੀਂ ਇਸ ਪਾਰ ਤੋਂ ਉਸ ਪਾਰ ਜਾਣ ਦੇ ਲਈ ਆਪਣੇ ਜੀਵਨ ਨੂੰ ਤਿਆਗ ਕਰਦੇ ਰਹਿਣਾ। ਕਹਿੰਦਾ ਤੁਸੀਂ ਧਰਤੀ ਤੇ ਰਹਿੰਦੇ ਆ, ਮਨੁੱਖਾਂ ਦੇ ਸੁਭਾਅ ਵਾਂਗੂ ਨਹੀਂ ਬਲਕਿ ਤੁਹਾਡੀ ਸੋਚ ਸਵਰਗੀ ਗੱਲਾਂ ਵੱਲ, ਪ੍ਰਭੂ ਦੇ ਕੰਮਾਂ ਵੱਲ ਲੱਗੀ ਰਵੇ। ਕਿ ਜਿਵੇਂ ਜਿਵੇਂ ਸਾਡਾ ਨੇਚਰ ਸੁਭਾਅ ਜੀਵਨ ਇਵੇਂ ਦਾ ਹੁੰਦਾ ਜਾਵੇਗਾ, ਤਿਵੇਂ ਤਿਵੇਂ ਸਾਨੂੰ ਕਲਾਮ ਦਾ ਪ੍ਰਕਾਸ਼,
आत्मिकता के जीवन दे विच होर किवें अगे वधना, आत्मिकता के जीवन दे विच होर किवें प्रभु की रहमत नूं हासिल करना, ये हर गल हर भेत जिहड़ा वा ये साडे उत्ते प्रगट हुंदा जावेगा। इस करके अजीजो चेलियां नूं तुसी और मैं भी यसू मसीह दे चेले तुहानूं ते मैनूं भी अज जो कह रहा वा कि अज जिथे खड़ोगे जिन्ना इरादियां विच रह के जिन्ना ख्यालातां विच रह के तुसी मैनूं याद करदे हो उस स्थान नूं थोड़ा छड्ड दिओ ते मेरी कहिंदा आवाज सुनो आओ किथे चली गई। यानी जदों तुसी अज तो अपने जीवन नूं दुआ वाला प्रभु दी हजूरी वाला बनाओ ते इस गल नूं याद रखना कि खुदा सानूं आत्मिकता दे विच वी चौंदा वा ते डबल बना दे और शरीर दीआं बरकतां रूह दीआं बरकतां विच चौंदा खुदा डबल बना दे और प्रभु जी चाहते हैं कि असीं जिवें 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 आत्मा दी मर्जी नूं पूरा करिए पार दिन दिए असीं उस पार दे बाण जाइए जिस पार सभना ने असीं एक वक्त तुसीं ते मैं उठाए जाना। जिवें कि गुरबाणी दे विच लिखिआ कि जिहड़ा वाहिगुरु दा जिहड़ा नाम है ना वो एक जहाज की तरह जिहड़ा उहदे विच सवार हो जाता जिहड़ा उहदे विच सवार हो जाता वो आप दे विच नहीं रहेगा। वाहिगुरु नाम जहाज है चढ़े सो उतरे पार। उहदी जिंदगी दे विच उहदी हर आस नूं खुदा पूरिया करके उहदा जो एम हुंदा वा उहदी जिंदगी विच जो उहने प्रभु विच रह के मकसद रख्या हुंदा वा उस मकसद नूं ते खुदा ने पूरा करना ही करना वा पर उहदे किसे भी काम नूं खुदा दा मिलदा नहीं है। उहदे परिवार दी हर जरूरत नूं ते खुदा ने पूरा करना ही करना वा पर खुदा उहनां नूं अपने घर दे लई अपनी मर्जी दे लई दिन प्रति दिन तैयार करता जाएगा। इस करके आओ अज असीं अपने जीवन नूं प्रभु जी दे हत्थां दे विच दे के चलिए क्योंकि जिहड़ा साडा वसीबा वाला ਉਹ ਖੁਦਾ ਦੇ ਹੱਥਾਂ ਦੀ ਬਣਤਰ ਇਹਨੂੰ ਅਸੀਂ ਜਿਵੇਂ ਜਿਵੇਂ ਖੁਦਾ ਦੇ ਹੱਥਾਂ ਦੇ ਵਿੱਚ ਅਰਪਣ ਕਰਕੇ ਆਪਣੇ ਖਿਆਲਾਤਾਂ ਨੂੰ ਆਪਣੀ ਮਰਜ਼ੀ ਨੂੰ ਚੱਲਦੇ ਕਰਾਂਗੇ ਤੇ ਸਾਡੇ ਕੋਲ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਆਏਗੀ। ਦੌਲਤ ਦੀ ਕਮੀ ਹੋਏ ਜਦੋਂ ਪਾਰ ਦੀ ਹਿਕਮਤ ਹਾਸਲ ਹੋਵੇ ਦੌਲਤ ਦੀ ਕਮੀ ਨਹੀਂ ऐसा दौलत नहीं सबर भी एक दौलत है। जो आत्मिकता का सच्चा इल्यूमिनेटर बन के सबर भी दौलत है। जो आत्मिकता का एक सच्चा जीवन तो हासिल हो गया फिर तुहाडी जीव दे विच खुदा इन्ना भी दौलत रखेगा कि जो शब्द तुसीं आत्मिकता के जीवन के मर्जी को पूरा कर करके जो बोलोगे खुदा ये भी एक दौलत देगा। जो बोलोगे खुदा वो भी तुहाडे वसीले पूरा करेगा और उस तो बाद इन्ना ही नहीं तुहाडे अंदर एक दुआ की जिहड़ी दौलत आ ये भी खुदा तुहानूं आत्मिकता के जीवन के विच देवे। पार दे विच की है जो पार की हिकमत तेरे को आ जाएगी तुसीं अपनी बीमारी भी नहीं बल्कि अपनी बीमारी भी हो बीमारी में रह के भी तुसी रब नूं उवें ही खुश करोगे जिवें करना चाहिए। अपनी बीमारी में भी रह के जदों तुहाडे कोल पार दी हिकमत होवेगी यानी जदों कि वह प्रकाश होवेगा जिहड़ा खुदा तुहानूं देना चाहुंदा वा उस प्रकाश में जदों आ जाओगे उहदी आवाज़ नूं सुन के
ਤੁਸੀਂ ਫਿਰ ਸੁਣਾਉਣ ਕਹੋਗੇ ਪ੍ਰਭੂ ਜਿਹਨਾਂ ਦੇ ਨਹੀਂ ਜਾਣਾ ਨਾ ਤੇ ਪਰ ਅਸੀਂ ਤੇਰੀ ਮਰਜ਼ੀ ਪੂਰੀ ਕਰਨ ਨੂੰ ਯਾਦ ਕਰਦੇ ਕਰਨਾ ਕਰ ਨਹੀਂ ਕਰਨਾ ਨਾ ਕਰ ਪਰ ਅਸੀਂ ਤੇਰੇ ਲਈ ਹਰ ਕੰਮ ਕਰਨ ਨੂੰ ਤੇਰੀ ਖਿਦਮਤ ਦੇ ਲਈ ਹਰ ਕੰਮ ਕਰਨ ਨੂੰ ਤਿਆਰ ਆਓ ਭਗਵਾਨ ਸਿਰਾਂ ਤੇ ਤਾਰੀਫ਼